ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ ਗੱਲ ਕਰਦੇ ਹਾਂ। ਜਿਹੜਾ ਆਪਾਂ ਪਾਣੀ ਝੋਨੇ ਦੇ ਵਿੱਚ ਮੁੱਢਲੇ ਦਿਨਾਂ ਦੇ ਵਿੱਚ ਖੜ੍ਹਾ ਕਰਕੇ ਰੱਖਦੇ ਹਾਂ, ਉਹਦੇ ਨੁਕਸਾਨ ਕੀ ਨੇ, ਅਤੇ ਜਾਂ ਵਿੱਚ ਵਿੱਚ ਦੀ ਹਵਾ ਲਵਾਉਣੀ ਚਾਹੀਦੀ ਹੈ, ਅਤੇ ਇਸ ਨੂੰ ਆਪਾਂ ਕੁਛ ਆਪਣੇ ਤਜ਼ਰਬੇ ਅਤੇ ਕੁਛ ਖੋਜਾਂ ਦੇ ਆਧਾਰ 'ਤੇ, ਰਿਸਰਚ ਪੇਪਰਸ ਕੁਛ ਮੈਂ ਪੜ੍ਹੇ ਨੇ ਅਤੇ ਉਹਨਾਂ ਦੇ ਆਧਾਰ 'ਤੇ ਆਪਾਂ ਗੱਲ ਕਰਾਂਗੇ। ਤਾਂ ਆਹ ਜਿਵੇਂ ਪਹਿਲਾਂ ਮੈਂ ਆਪਦੇ ਖੇਤ ਦੇ ਹਾਲਾਤ ਦਿਖਾ ਦਿੰਦਾ, ਆਹ ਦੇਖੋ ਇੱਕ ਪਾਸੇ ਪਾਣੀ ਖੜ੍ਹਾ ਅਤੇ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਆਹ ਪਾਣੀ ਜਿਹੜਾ ਹੈਗਾ ਇਹ ਆਪਾਂ ਥੋੜ੍ਹਾ ਜਿਹਾ ਸੁਕਾ ਲਿਆ, ਯਾਨੀ ਕਿ ਵਾਹਣ ਨੂੰ ਇੱਕ ਵਾਰੀ ਹਵਾ ਲਵਾ ਦਿੱਤੀ। ਅਤੇ ਪਿਛਲੇ ਸਾਲਾਂ ਦੌਰਾਨ ਇਹੀ ਤਰੀਕਾ ਆਪਾਂ ਆਪਣੇ ਖੇਤ ਦੇ ਵਿੱਚ ਅਪਣਾਉਂਦੇ ਆ ਰਹੇ ਹਾਂ ਕਿ ਆਪਾਂ ਇੱਕ ਵਾਰ ਹਵਾ ਲਾਉਣ ਤੋਂ ਬਾਅਦ ਜਦੋਂ ਦਵਾਈ ਪਾ ਦਿੱਤੀ, ਦਵਾਈ ਪਾਉਣ ਤੋਂ ਬਾਅਦ ਇੱਕ ਵਾਰੀ ਆਪਾਂ ਜ਼ਰੂਰ ਵਾਹਣ ਨੂੰ ਹਵਾ ਲਵਾਉਂਦੇ ਹਾਂ ਅਤੇ ਉਹਦਾ ਆਪਾਂ ਨੂੰ ਫਾਇਦਾ ਕੀ ਮਿਲਦਾ। ਵੈਸੇ ਬਹੁਤ ਸਾਰੇ ਕਿਸਾਨ ਇਸ ਤਰੀਕੇ ਨੂੰ ਅਪਣਾਉਂਦੇ ਨੇ ਅਤੇ ਕੁਛ ਲੋਕ ਲਗਾਤਾਰ ਜਿਹੜਾ ਫਲੱਡਿੰਗ ਹੈ ਜਾਂ ਜਿਹੜਾ ਪਾਣੀ ਖੜ੍ਹਾ ਕੇ ਰੱਖਣਾ ਹੈ 15 ਦਿਨ ਤੱਕ, ਉਹ ਬਿਲਕੁਲ ਵੀ ਹਵਾ ਨਹੀਂ ਲੱਗਣ ਦਿੰਦੇ। ਤਾਂ ਖੋਜਾਂ ਦੇ ਆਧਾਰ 'ਤੇ ਅਤੇ ਕੁਛ ਤਜ਼ਰਬੇ ਦੇ ਆਧਾਰ 'ਤੇ ਗੱਲ ਕਰਦੇ ਹਾਂ। ਤਾਂ ਪਹਿਲਾਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਗੱਲ ਕਰੀਏ, ਜਦੋਂ ਆਪਾਂ ਪਾਣੀ ਸੁਕਾ ਦਿੰਦੇ ਹਾਂ ਇੱਕ ਵਾਰ, ਕਿਉਂਕਿ ਬਿਊਟਾ ਕਲੋਰ ਜਾਂ ਪਟੀਲਾ ਕਲੋਰ ਆਪਾਂ ਵਰਤਦੇ ਹਾਂ ਜਿਹੜੀ ਕਿ ਪ੍ਰੀ ਐਮਰਜੈਂਸ ਸਪਰੇਅ ਹੈ, ਹਾਲਾਂਕਿ ਆਪਾਂ ਬਹੁਤ ਸਾਲਾਂ ਤੋਂ ਦਹਾਕਿਆਂ ਤੋਂ ਇਹ ਵਰਤਦੇ ਆ ਰਹੇ ਹਾਂ ਅਤੇ ਇਸ ਦੇ ਉੱਪਰ ਵੀ ਇੱਕ ਬਿਊਟਾ ਕਲੋਰ ਦੇ ਉੱਪਰ, ਕਿਉਂਕਿ ਦਹਾਕਿਆਂ ਤੋਂ ਵਰਤਦੇ ਆ ਰਹੇ ਹਾਂ, ਉਹਦੇ ਨੁਕਸਾਨਾਂ ਦੇ ਉੱਪਰ ਵੀ ਅੱਗੇ ਮੈਂ ਇੱਕ ਵੀਡੀਓ ਕਰੂੰਗਾ। ਤਾਂ ਪਹਿਲਾਂ ਆਪਾਂ ਅੱਜ ਦੇ ਵਿਸ਼ੇ 'ਤੇ ਕੇਂਦਰਿਤ ਰਹੀਏ। ਤਾਂ ਇਹਦੇ ਨਾਲ ਇੱਕ ਤਾਂ ਜਿਹੜੇ ਡਾਲ ਡੁੱਬੇ ਹੋਏ ਹੁੰਦੇ ਨੇ ਜਾਂ ਫੂਸ ਦੇ ਥੱਲੇ ਦੱਬ ਜਾਂਦੇ ਨੇ, ਕਈ ਵਾਰੀ ਜਦੋਂ ਹਨੇਰੀ ਚੱਲਦੀ ਹੈ ਇੱਕ ਪਾਸੇ ਜਿਹੜਾ ਫੂਸ ਹੈ ਉਹ ਇਕੱਠਾ ਹੋ ਜਾਂਦਾ, ਉਹਦੇ ਥੱਲੇ ਕਾਫੀ ਡਾਲ ਦੱਬ ਜਾਂਦੇ ਨੇ, ਤਾਂ ਉਹ ਡਾਲ ਕਾਫੀ ਹੱਦ ਤੱਕ ਚੱਲ ਪੈਂਦੇ ਨੇ ਜਦੋਂ ਆਪਾਂ ਇੱਕ ਵਾਰੀ ਹਵਾ ਲਵਾ ਦਿੰਦੇ ਹਾਂ। ਅਤੇ ਦੂਸਰੀ, ਮਿੱਟੀ ਨੂੰ ਆਕਸੀਜਨ ਮਿਲ ਜਾਂਦੀ ਹੈ, ਕਿਉਂਕਿ ਜੜ੍ਹਾਂ ਨੂੰ ਗਰੋ ਕਰਨ ਵਾਸਤੇ ਵੀ ਆਕਸੀਜਨ ਦੀ ਲੋੜ ਹੁੰਦੀ ਹੈ। ਤਾਂ ਲਗਾਤਾਰ ਪਾਣੀ ਭਰੇ ਰਹਿਣ ਨਾਲ ਜਿਹੜੀ ਆਕਸੀਜਨ ਹੈ ਉਹਦੀ ਅਣਹੋਂਦ ਹੋ ਜਾਂਦੀ ਹੈ ਅਤੇ ਜੜ੍ਹਾਂ ਦਾ ਵਿਕਾਸ ਉਨਾ ਨਹੀਂ ਹੋ ਪਾਉਂਦਾ। ਬਾਕੀ ਡੱਕੇ ਲਾਉਣੋਂ ਥੋੜ੍ਹੀ ਬੱਚਤ ਹੋ ਜਾਂਦੀ ਹੈ ਜਾਂ ਪਾੜੇ ਲਾਉਣੋਂ ਥੋੜ੍ਹਾ ਜਿਹਾ ਬਚ ਜਾਂਦਾ ਹੈ, ਜਿਹੜੇ ਡਾਲ ਮਰ ਰਹੇ ਹੁੰਦੇ ਨੇ ਉਹ ਚੱਲ ਪੈਂਦੇ ਨੇ। ਤਾਂ ਦਵਾਈ ਪਾਉਣ ਤੋਂ ਬਾਅਦ ਅਸੀਂ ਇੱਕ ਵਾਰੀ ਜ਼ਰੂਰ ਹਵਾ ਲਵਾਉਂਦੇ ਹਾਂ ਵਾਹਣ ਨੂੰ, ਉਸ ਤੋਂ ਬਾਅਦ ਫਿਰ ਫਲੱਡਿੰਗ ਕਰਕੇ ਰੱਖਦੇ ਹਾਂ, ਫਿਰ ਇੱਕ ਵਾਰ ਹਵਾ ਲਵਾ ਦਿੰਦੇ ਹਾਂ, ਫਿਰ ਫਲੱਡਿੰਗ ਜਾਰੀ ਰੱਖਦੇ ਹਾਂ। ਯਾਨੀ ਕਿ ਮੁੱਢਲੇ 15 ਦਿਨਾਂ ਦੇ ਵਿੱਚ ਘੱਟੋ ਘੱਟ 3 ਵਾਰ ਅਸੀਂ ਹਵਾ ਜ਼ਰੂਰ ਲਵਾਉਂਦੇ ਹਾਂ। ਅਤੇ ਹੁਣ ਆ ਜੀ ਆਪਾਂ ਖੋਜਾਂ ਦੇ ਉੱਪਰ, ਕਿ ਖੋਜਾਂ ਇਸ ਬਾਰੇ ਕੀ ਕਹਿੰਦੀਆਂ ਨੇ। ਤਾਂ ਪਹਿਲਾਂ DSR ਦੇ ਵਿੱਚ ਜਿਹੜੀ ਸੀਡ ਜਰਮੀਨੇਸ਼ਨ ਹੈ ਜਾਂ ਬੀਜ ਦਾ ਪੁੰਗਰਨਾ ਹੈ, ਉਸ ਦੇ ਉੱਪਰ ਜੇ ਆਪਾਂ ਪਾਣੀ ਭਰ ਕੇ ਰੱਖਦੇ ਹਾਂ ਤਾਂ ਉਸ ਦਾ ਪ੍ਰਭਾਵ ਪੈਂਦਾ ਅਤੇ ਉਹਦੀ ਜਿਹੜੀ ਗਰੋਥ ਹੈ ਉਹ ਹੌਲੀ ਹੋ ਜਾਂਦੀ ਹੈ। ਅਤੇ ਦੂਸਰੇ ਪਾਸੇ ਜਿਹੜਾ ਕ੍ਰੋਪ ਇਸਟੈਬਲਿਸ਼ਮੈਂਟ ਹੈ, ਯਾਨੀ ਕਿ ਜਦੋਂ ਆਪਾਂ ਝੋਨਾ ਟਰਾਂਸਪਲਾਂਟ ਕਰਦੇ ਹਾਂ, ਪਨੀਰੀ ਲਾਉਂਦੇ ਹਾਂ ਝੋਨਾ, ਤਾਂ ਉਸ ਵੇਲੇ ਇਸ ਨੂੰ ਮਿੱਟੀ ਦੇ ਵਿੱਚ ਸਥਾਪਿਤ ਹੋਣ ਦੇ ਵਿੱਚ ਜੇ ਪਾਣੀ ਜ਼ਿਆਦਾ ਖੜ੍ਹਾ ਕਰਕੇ ਰੱਖਦੇ ਹਾਂ ਤਾਂ ਉਹਨੂੰ ਸਮਾਂ ਜ਼ਿਆਦਾ ਲੱਗਦਾ ਅਤੇ ਇਸ ਦੇ ਵਿੱਚ ਇਹ ਪ੍ਰਭਾਵ ਪਾਉਂਦਾ। ਦੂਜੇ ਪਾਸੇ ਜਦੋਂ ਅਸੀਂ ਪਾਣੀ ਭਰ ਕੇ ਰੱਖਦੇ ਹਾਂ ਤਾਂ ਜਿਹੜਾ ਨਦੀਨ ਦਾ ਪੁੰਗਰਨਾ ਹੈ ਜਾਂ ਜਿਹੜੀ ਇਹਨਾਂ ਦੀ ਗਰੋਥ ਹੈ ਉਸ ਨੂੰ ਪਾਣੀ ਸਪਰੈਸ ਕਰਦਾ, ਯਾਨੀ ਕਿ ਨਦੀਨਾਂ ਦੀ ਰੋਕਥਾਮ ਕਰਦਾ। ਅਤੇ ਪਾਣੀ ਭਰ ਕੇ ਰੱਖਣ ਨਾਲ ਕਿਸਾਨਾਂ ਦਾ ਜਿਹੜਾ ਹਰਬੀਸਾਈਡਸ ਜਾਂ ਨਦੀਨ ਨਾਸ਼ਕਾਂ ਦਾ ਖਰਚਾ ਹੈ ਜਾਂ ਕੱਖਾਂ ਨੂੰ ਕੱਢਣ ਦਾ, ਨਦੀਨਾਂ ਨੂੰ ਕੱਢਣ ਦਾ ਖਰਚਾ ਹੈ, ਉਹ ਘੱਟ ਆਉਂਦਾ। ਅਤੇ ਦੂਸਰਾ ਇੱਕ ਅਣਆਕਸੀ ਸਾਹ ਕਿਰਿਆ, ਯਾਨੀ ਕਿ ਆਕਸੀਜਨ ਦੀ ਅਣਹੋਂਦ ਦੇ ਵਿੱਚ ਜਿਹੜੀ ਸਾਹ ਕਿਰਿਆ ਹੁੰਦੀ ਹੈ, ਹੁਣ ਇਹ ਵੀ ਇੱਕ ਪ੍ਰਸ਼ਨ ਬਣਦਾ ਵੀ ਆਕਸੀਜਨ ਦੀ ਅਣਹੋਂਦ ਦੇ ਵਿੱਚ ਸਾਹ ਕਿਰਿਆ ਕਿਵੇਂ ਹੋ ਸਕਦੀ ਹੈ। ਤਾਂ ਕੁਛ ਕੁ ਬੂਟੇ ਨੇ ਜਾਂ ਕੁਛ ਕੁ ਜੀਵਾਣੂ ਹੁੰਦੇ ਨੇ ਜਿਹੜੇ ਆਕਸੀਜਨ ਦੀ ਅਣਹੋਂਦ ਦੇ ਵਿੱਚ ਭੋਜਨ ਤੋੜ ਕੇ ਉਹਦੇ ਵਿੱਚੋਂ ਊਰਜਾ ਪ੍ਰਾਪਤ ਕਰਦੇ ਨੇ ਅਤੇ ਉਸ ਨੂੰ ਆਪਾਂ ਅਣਆਕਸੀ ਸਾਹ ਕਿਰਿਆ ਕਹਿੰਦੇ ਹਾਂ। ਤਾਂ ਇੱਥੇ ਇਹ ਖੋਜ ਪੱਤਰ ਦੱਸਦਾ ਹੈ ਕਿ ਕੁਛ ਬੂਟੇ ਅਣਆਕਸੀ ਸਾਹ ਕਿਰਿਆ ਦੇ ਸਮਰੱਥ ਵੀ ਹੋਏ ਨੇ, ਕਿਉਂਕਿ ਜਦੋਂ ਪਿਛਲੇ ਕਈ ਦਹਾਕਿਆਂ ਤੋਂ ਪਾਣੀ ਲਗਾਤਾਰ ਖੜ੍ਹਦਾ ਰਿਹਾ ਅਤੇ ਦੂਸਰਾ ਜਦੋਂ ਪਾਣੀ ਆਪਾਂ ਲਗਾਤਾਰ ਖੜਾਉਂਦੇ ਹਾਂ ਤਾਂ ਉੱਥੇ ਅਣਆਕਸੀ ਸਾਹ ਕਿਰਿਆ ਜੀਵਾਣੂਆਂ ਦੇ ਵਿੱਚ ਹੁੰਦੀ ਹੈ ਅਤੇ ਉੱਥੇ ਮਿਥੇਨ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਨੇ, ਤਾਂ ਉਹ ਗੈਸਾਂ ਕਈ ਵਾਰੀ ਬੂਟਿਆਂ ਨੂੰ ਪ੍ਰਭਾਵਿਤ ਵੀ ਕਰਦੀਆਂ ਨੇ।
ਤਾਂ ਜਿਹੜੇ ਬੂਟੇ ਨੇ ਉਸ ਨੂੰ ਝੱਲਣ ਦੇ ਸਮਰੱਥ ਵੀ ਹੋਏ ਨੇ। ਦੂਸਰੀ ਗੱਲ ਇਹਨਾਂ ਨੇ ਆਕਸੀਜਨ ਦੀ ਹੀ ਕੀਤੀ ਹੈ ਕਿ ਆਕਸੀਜਨ ਸਟ੍ਰੈਸ ਆ ਜਾਂਦਾ ਜਦੋਂ ਸੀਡ ਜਰਮੀਨੇਸ਼ਨ ਹੁੰਦਾ ਸਿੱਧੀ ਬਿਜਾਈ ਦੇ ਵਿੱਚ ਉਹਦੇ ਉੱਪਰ, ਅਤੇ ਜਦੋਂ ਆਪਾਂ ਟਰਾਂਸਪਲਾਂਟ ਕਰਦੇ ਹਾਂ ਝੋਨਾ ਲਾਉਂਦੇ ਹਾਂ ਉਹਦੇ ਵਿੱਚ ਜਿਹੜੀ ਅਰਲੀ ਜਾਣੀ ਕਿ ਮੁੱਢਲੀਆਂ ਸਟੇਜਾਂ ਹੁੰਦੀਆਂ ਨੇ ਗਰੋਥ ਦੀਆਂ, ਤਾਂ ਉਹਦੇ ਵਿੱਚ ਆਕਸੀਜਨ ਸਟ੍ਰੈਸ ਆ ਜਾਂਦਾ ਜੇਕਰ ਅਸੀਂ ਲਗਾਤਾਰ ਪਾਣੀ ਭਰ ਕੇ ਰੱਖਦੇ ਹਾਂ। ਤਾਂ ਇਸ ਲਈ ਕੁਝ ਕੁ ਦਿਨਾਂ ਬਾਅਦ ਮਿੱਟੀ ਨੂੰ ਹਵਾ ਲਵਾਉਣੀ ਜ਼ਰੂਰੀ ਹੈ। ਤਾਂ ਇਹ ਸੀ ਕੁਝ ਕੁ ਗੱਲਾਂ ਜਿਹੜੀਆਂ ਮੁੱਢਲੀਆਂ ਸਟੇਜਸ ਦੇ ਵਿੱਚ, ਜਾਂ ਭਾਵੇਂ ਉਹ ਡੀ ਐੱਸ ਆਰ ਹੋਵੇ ਭਾਵੇਂ ਉਹ ਟਰਾਂਸਪਲਾਂਟ ਕਰੀਏ ਆਪਾਂ ਝੋਨਾ, ਅਤੇ ਉਹਨਾਂ ਦੇ ਵਿੱਚ ਏ ਡਬਲਯੂ ਡੀ ਅਲਟਰਨੇਟ ਡਰਾਈ ਅਤੇ ਵੈੱਟ ਤਰੀਕਾ, ਜਾਣੀ ਕਿ ਪਾਣੀ ਭਰਨ ਅਤੇ ਫਿਰ ਸੁਕਾਉਣ ਫਿਰ ਭਰਨ, ਅਤੇ ਦੂਸਰਾ ਫਲੱਡਿੰਗ ਜਾਣੀ ਕਿ ਖੇਤ ਨੂੰ ਭਰ ਕੇ ਰੱਖਣ ਦੇ, ਦੋਵਾਂ ਦੇ ਫਾਇਦੇ ਅਤੇ ਕੁਛ ਨੁਕਸਾਨ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।